खबरों में आगे बढ़ते हुए हम आपको ले चलते हैं पंजाब, जहां बाघा पुराना के कोटकपुरा रोड पर स्थित लड़कों के सरकारी स्कूल में अध्यापकों ने 100 से ज्यादा विद्यार्थियों को स्कूल से बाहर निकालकर अंदर से दरवाजा लगा दिया है। आपको बता दें कि फिर स्कूल के मेन गेट अंदर से बंद कर दिए गए, वहीं स्कूल से बाहर निकाले गए विद्यार्थियों ने स्कूल के खिलाफ जमकर नारेबाजी की और स्कूल के स्टाफ पर बदसलूकी करने का आरोप लगाया। बच्चों को अध्यापकों ने उनके बैग अंदर रखकर उन्हें बाहर निकाल दिया है। आगे बच्चों ने बताया है कि स्कूल में पंखे कैमरे तोड़ने का आरोप लगाकर उन्हें बाहर निकाला गया है। मोगा से हरपाल सिंह, सहारन की रिपोर्ट। ਜੀ ਅੰਦਰ ਕਲਾਸ 'ਚ ਸੀਗੇ, ਪੱਖੇ ਲਾਏ ਸੀਗੇ ਜੀ, ਇਹ ਸਾਨੂੰ ਨਹੀਂ ਪਤਾ ਜੀ ਕਿਹੜੇ ਲਾਏ ਆ। ਹੁਣ ਭੀੜ ਆਈ, ਭੀੜ ਲਾਉਂਦੇ ਆ, ਭੀੜ ਲਾਉਣ ਤੋਂ ਬਾਅਦ ਅਸੀਂ ਜਾ ਵੜੇ ਨੇ, ਸਾਨੂੰ ਇਹ ਨਹੀਂ ਪਤਾ ਪੱਖੇ ਕਿਹੜੇ ਲਾਏ ਆ। ਹੁਣ ਸਾਰੇ ਜਣੇ ਬਾਹਰ ਕੱਢੇ ਇਹਨਾਂ ਨੇ, ਪਰੇਲ ਤੋਂ ਪਰੇਲ ਹੋਈ ਜਾਂਦੀ, ਪਰੇਲ ਤੋਂ ਬਾਅਦ ਇਹ ਕਹਿੰਦੇ ਸਾਰੇ ਜਣੇ ਜਿੰਨੇ 100 ਰੁਪਈਆ ਲੈ ਕੇ, ਥੋੜ੍ਹੇ ਮੋਟੇ ਜਣੇ ਦਿੱਤੇ ਆ, ਪਰ ਸਿੱਕੇ ਸਾਰੇ ਕਹੀ ਜਾਂਦੇ ਅਸੀਂ ਦੇਣੇ ਨਹੀਂ ਗੇ, ਫੀਸਾਂ ਲੈਂਦੇ ਆ ਤਾਂ 100 ਰੁਪਈਆ ਲੈਂਦੇ ਆ, ਚੱਲ ਮਾੜਾ ਮੋਟਾ ਕੋਈ ਲੇਟ ਹੋ ਜਾਂਦਾ ਉਹ ਤਾਂ ਵੀ ਕਹਿਣਗੇ 100 ਰੁਪਈਆ ਦੋ ਤੋਂ, ਅਸੀਂ ਕਾਲ ਅੰਦਰ ਵਾੜ ਦਿੰਦੇ ਹਾਂ। ਹੁਣ ਸਕਿਉਰਟੀ ਗਾਰਡ ਸਾਨੂੰ ਅੰਦਰ ਨਹੀਂ ਜਾਣ ਦਿੰਦਾ ਜੀ, ਠੀਕ ਕਰੀ ਹੁਣ 100 ਰੁਪਈਆ ਜੀ ਪੈਣਦੇ ਆ, ਕਈ ਕੋਈ ਮਟੀਰੀਅਲ ਦਿੰਦੇ, ਕੋਈ ਕਿੱਥੋਂ ਆਉਂਦਾ, ਕੋਈ ਗੱਲਾਂ ਦਿੰਦਾ, ਬੜਾ ਸਹੀ ਨਹੀਂ ਵਾੜਾ ਜੀ। ਤੋਂ ਕਦੇ ਬੱਸ ਕਿਰਾਇਆ ਲਾ ਕੇ ਉਹਨੇ, ਡੇਲੀ ਕਿਰਾਇਆ ਪੱਟ ਕੇ ਉਹਨਾਂ ਨੇ, ਜੋ ਕਿਰਾਇਆ ਪੱਟ ਕੇ ਸਾਡੇ ਘਰ ਦੇ ਪੁੱਛਣ ਕੇ ਚੱਲ ਸਕੂਲ ਗਏ ਆ, ਅਤੇ ਅਸੀਂ ਦੇਖੋ 3 ਘੰਟੇ ਹੋ ਗਏ ਸਾਨੂੰ, 8 ਵਜੇ ਤੋਂ ਸਾਨੂੰ ਬਾਹਰ ਕੱਢਿਆ ਗਿਆ, ਅਸੀਂ ਹੁਣ ਤੱਕ ਧੱਕੇ ਖਾਂਦੇ ਫਿਰਦੇ ਜੀ, ਕਦੇ ਅਸੀਂ ਠਾਂ ਉੱਧਰ ਜਾਂਦੇ, ਕਦੇ ਉੱਧਰ ਜਾਂਦੇ, ਤਾਂ ਸੁਣ ਨਾ ਸਾਨੂੰ ਐਂਟਰ ਹੋਣ ਦਿੰਦੇ ਅੰਦਰ। ਇਹ ਮਸਲਾ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਹੈਗਾ, ਤੁਹਾਡੇ ਧਿਆਨ ਤੇ ਲਿਆਉਣ ਤੋਂ ਬਾਅਦ ਮੈਡਮ ਪ੍ਰਿੰਸੀਪਲ ਜਿਹੜੇ ਹੈਗੇ ਨੇ ਸਕੂਲ ਦੇ, ਉਹਨਾਂ ਨਾਲ ਮੈਂ ਗੱਲ ਵੀ ਕੀਤੀ ਹੈ, ਤਾਂ ਉਹਨਾਂ ਦਾ ਇਹ ਪੱਖ ਸੀਗਾ ਵੀ ਸਕੂਲ ਵਿੱਚ ਇਹਨਾਂ ਜਿਹੜੇ ਸੀਨੀਅਰ ਕਲਾਸਿਸ ਨੇ ਆਪਣੇ ਜਿਨ੍ਹਾਂ ਦੇ ਬੱਚੇ ਸੀਗੇ, ਇਹਨਾਂ ਵੱਲੋਂ ਵਾਰ ਵਾਰ ਤੋੜ ਭੰਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਉੱਥੇ, ਜਿਵੇਂ ਕਿ ਪੱਖੇ ਤੋੜਤੇ ਗਏ ਨੇ, ਵਾਸ਼ਰੂਮ ਤੋੜਤੇ ਗਏ ਨੇ, ਅਤੇ ਆਪਣਾ ਕੈਮਰੇ ਜਿਹੜੇ ਨੇ ਲੱਗੇ ਸੇਫਟੀ ਵਾਸਤੇ ਉਹ ਤੋੜੇ ਗਏ ਨੇ। ਇਸ ਕਰਕੇ ਇਹਨਾਂ ਬੱਚਿਆਂ ਨੂੰ ਕੱਲ੍ਹ ਕਿਹਾ ਗਿਆ ਸੀਗਾ ਵੀ ਇਹ ਆਪਣੇ ਪੇਰੈਂਟਸ ਨੂੰ ਲੈ ਕੇ ਨਾਲ ਬੱਚੇ ਆਉਣਗੇ, ਅਤੇ ਤਾਂ ਕਿ ਉਹਨਾਂ ਨਾਲ ਇਹ ਮਾਮਲਾ ਡਿਸਕਸ ਕੀਤਾ ਜਾ ਸਕੇ। ਜਦੋਂ ਬੱਚੇ ਪੇਰੈਂਟਸ ਨੂੰ ਲੈ ਕੇ ਨਹੀਂ ਆਏ ਤਾਂ ਉਹਨਾਂ ਨੂੰ ਸਕੂਲ ਤੋਂ ਬਾਹਰ ਜਿਹੜਾ ਹੈਗਾ ਕੱਢ ਕੇ ਉਹਨਾਂ ਨੇ ਹਦਾਇਤ ਕੀਤੀ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਲੈ ਕੇ ਆਓ, ਤੁਸੀਂ ਲੈ ਕੇ ਨਹੀਂ ਆਏ। ਦੇਖੋ ਸਕੂਲ ਵਿੱਚ ਡਿਸਿਪਲਿਨ ਮੇਨਟੇਨ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਆ, ਪ੍ਰਿੰਸੀਪਲ ਦਾ ਇਹ ਮੁੱਖ ਡਿਊਟੀ ਹੁੰਦੀ ਹੈ ਵੀ ਸਕੂਲ ਵਿੱਚ ਜਿਹੜਾ ਹੈਗਾ ਉਹ ਸਾਰੇ ਬੱਚੇ ਸੇਫ ਰਹਿਣ। ਕੋਈ ਸ਼ਰਾਰਤੀ ਬੱਚੇ ਨੇ ਤਾਂ ਉਹਨਾਂ ਨੂੰ ਕਈ ਵਾਰੀ ਕਹਿਣਾ ਸੁਣਨਾ ਪੈਂਦਾ, ਉਹਨਾਂ ਦੇ ਪੇਰੈਂਟਸ ਦੇ ਧਿਆਨ ਵਿੱਚ ਲਿਆਉਣੀ ਪੈਂਦੀ ਹੈ ਗੱਲ। ਪਰ ਜਿੱਥੋਂ ਤੱਕ ਸਕੂਲ ਤੋਂ ਬੱਚਿਆਂ ਨੂੰ ਬਾਹਰ ਕੱਢਣਾ ਹੈਗਾ ਉਹ ਵੀ ਇੱਕ ਦਿੱਕਤ ਵਾਲੀ ਗੱਲ ਹੈਗੀ, ਕਿਉਂਕਿ ਬੱਚਿਆਂ ਦੀ ਸੇਫਟੀ ਦਾ ਸਵਾਲ ਹੁੰਦਾ। ਕਈ ਬੱਚੇ ਆਸ ਪਾਸ ਦੇ ਪਿੰਡਾਂ ਵਿੱਚੋਂ ਪੇਰੈਂਟਸ ਛੱਡ ਕੇ ਜਾਂਦੇ ਨੇ, ਤਾਂ ਉਹਨਾਂ ਨੂੰ ਜੇ ਅਚਾਨਕ ਆਪਾਂ ਕਹਿ ਦਈਏ ਵੀ ਜਾਓ ਆਪਾਂ ਆਪਣੇ ਘਰੇ ਤੇ ਪੇਰੈਂਟਸ ਨੂੰ ਲੈ ਕੇ ਆਓ, ਤਾਂ ਕਈ ਵਾਰੀ ਦਿੱਕਤ ਵਾਲਾ ਕਾਰਨ ਬਣ ਜਾਂਦਾ।